ਬਠਿੰਡਾ ਵਿੱਚ ਅੱਜ ਦੂਜੇ ਦਿਨ ਵੀ ਹਸਪੀਟਲਾਂ ਦੇ ਵਿੱਚ ਓਪੀਡੀ ਬੰਦ ਹੈ। ਸਵੇਰ 8 ਵਜੇ ਤੋਂ ਲੈ ਕੇ 11 ਵਜੇ ਤੱਕ ਡਾਕਟਰਾਂ ਨੇ ਓਪੀਡੀ ਬੰਦ ਕੀਤੀ। ਇੱਕ ਵਾਰ ਤਸਵੀਰਾਂ ਵੇਖ ਲਓ ਕਿ ਤਸਵੀਰਾਂ ਦੇ ਵਿੱਚ ਡਾਕਟਰ ਨੇ ਜਿਹੜੇ ਉਹ ਕਿਤੇ ਨਾ ਕਿਤੇ ਐਗੀਟੇਸ਼ਨ ਕਰਦੇ ਨਜ਼ਰ ਆ ਰਹੇ ਨੇ, ਔਰ ਇਹਨਾਂ ਡਾਕਟਰਾਂ ਦੇ ਨਾਲ ਹੁਣ ਮਰੀਜ਼ਾਂ ਦਾ ਸਾਥ ਵੀ ਇਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ। ਤੁਸੀਂ ਇੱਧਰ ਦੇਖੋ ਕਿ ਨਾਲ ਨਾਲ ਜਿਹੜੇ ਮਰੀਜ਼ ਨੇ ਉਹ ਵੀ ਇਹਨਾਂ ਦੇ ਐਗੀਟੇਸ਼ਨ ਦੇ ਵਿੱਚ ਬੈਠੇ ਹੋਏ ਨੇ, ਔਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਵੀ ਡਾਕਟਰਾਂ ਦੇ ਇਸ ਧਰਨੇ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਨੇ। ਜਿੱਧਰ ਵੀ ਦੇਖੋ ਤੁਸੀਂ ਇਸ ਪਾਸੇ ਵੀ ਜਿਹੜੇ ਲੋਕ ਖੜ੍ਹੇ ਨੇ ਇਹ ਸਾਰੇ ਦਵਾਈਆਂ ਲੈਣ ਦੇ ਲਈ ਆਏ ਨੇ, ਔਰ ਕਿਤੇ ਨਾ ਕਿਤੇ ਜਾ ਕੇ ਡਾਕਟਰਾਂ ਦੇ ਇਸ ਧਰਨੇ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਨੇ। ਗੱਲਬਾਤ ਡਾਕਟਰਾਂ ਨਾਲ ਵੀ ਕਰਦੇ ਹਾਂ। ਡਾਕਟਰ ਸਾਹਿਬ, ਅਨੋਖਾ ਐਗੀਟੇਸ਼ਨ ਦੇਖਣ ਨੂੰ ਲੱਗ ਰਿਹਾ, ਮਰੀਜ਼ ਤੁਸੀਂ ਹੱਕ 'ਚ ਕਰ ਲਏ, ਮਰੀਜ਼ ਨਾਲ ਬੈਠ ਕੇ ਤੁਹਾਡੇ ਕੱਲ੍ਹ ਪੰਪਲੇਟਾਂ ਦਾ ਅਸਰ ਹੋ ਗਿਆ ਮੇਰੇ ਖਿਆਲ 'ਚ? ਬਿਲਕੁਲ ਜੀ, ਇਹ ਮਸਲਾ ਹੀ ਸਾਡਾ ਸਾਰਿਆਂ ਦਾ ਸਾਂਝਾ ਹੈਗਾ। ਨਾ ਤਾਂ ਇਹ ਡਾਕਟਰਾਂ ਦਾ ਮਸਲਾ ਹੈ ਹਸਪਤਾਲ ਬਚਾਉਣੇ, ਨਾ ਇਹ ਮਰੀਜ਼ਾਂ ਦਾ ਮਸਲਾ ਹੈ, ਇਹ ਸਾਰੀ ਲੋਕਾਈ ਦਾ ਮਸਲਾ ਹੈ। ਜੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਕਿਸੇ ਤਰੀਕੇ ਨਾਲ ਭੱਜ ਰਹੀਆਂ ਨੇ ਤਾਂ ਅਸੀਂ ਲੋਕ ਅਤੇ ਅਸੀਂ ਡਾਕਟਰ ਹੀ ਸਰਕਾਰਾਂ ਨੂੰ ਇਸ ਜ਼ਿੰਮੇਵਾਰੀ ਯਾਦ ਕਰਾ ਸਕਦੇ ਹਾਂ ਕਿ ਹਸਪਤਾਲਾਂ ਨੂੰ ਡਾਕਟਰ ਵੀ ਚਾਹੀਦੇ ਹੈ, ਹਸਪਤਾਲਾਂ 'ਚ ਮਰੀਜ਼ਾਂ ਦੀਆਂ ਲਾਈਨਾਂ ਨੂੰ ਵੀ ਘਟਾਉਣਾ ਚਾਹੀਦਾ ਹੈ, ਪਿੰਡਾਂ ਦੇ ਵਿੱਚ ਵੀ ਹਸਪਤਾਲ ਹੋਣੇ ਚਾਹੀਦੇ ਹੈ, ਆਪਰੇਸ਼ਨ ਵੀ ਚੰਗੇ ਹੋਣ, ਸਭ ਕੁਝ ਇਲਾਜ ਮਿਲੇ, ਸੁਰੱਖਿਆ ਦਾ ਵੀ ਪ੍ਰਬੰਧ ਹੋਵੇ। ਕਿਸਾਨ ਜਥੇਬੰਦੀਆਂ ਵੇਖ ਰਿਹਾ ਕਿ ਤੁਹਾਡੀ ਸਪੋਰਟ ਤੇ ਆ ਗਈਆਂ ਝੰਡੇ ਨਜ਼ਰ ਆ ਰਹੇ ਨੇ, ਕਿੰਨੀਆਂ ਜਾਇਜ਼ ਲੱਗਦਾ ਮੰਗਾਂ ਮਰੀਜ਼ਾਂ ਨੂੰ ਕਨਵਿੰਸ ਕਰ ਪਾਏ ਹੋ ਤੁਸੀਂ? ਸਾਨੂੰ ਲੱਗਦਾ ਜੀ, ਪਰ ਅਸੀਂ ਆਪਦੀ ਮੁਹਿੰਮ ਤੇ ਚੱਲੀ ਰਹਾਂਗੇ ਜੀ। ਸਾਡਾ ਇਹ ਮਸਲਾ ਹੈ ਕਿ ਅਸੀਂ ਹਸਪਤਾਲਾਂ ਨੂੰ ਬਚਾਉਣਾ ਹੈਗਾ, ਤੇ ਇਸ ਕੰਮ 'ਚ ਲੋਕ ਸਾਡੇ ਨਾਲ ਨੇ, ਕਿਉਂਕਿ ਇਹੀ ਉਹ ਲੋਕ ਨੇ ਜਿਹੜੇ ਵਿਚਾਰੇ ਮਰੀਜ਼ ਡਾਕਟਰਾਂ ਦੇ ਨਾ ਮਿਲਣ ਤੇ ਖੱਜਲ ਖੁਆਰ ਹੁੰਦੇ ਨੇ। ਅਸੀਂ ਇਹਨਾਂ ਦੀ ਖੱਜਲ ਖੁਆਰਤਾ ਨੂੰ ਘਟਾਉਣਾ ਵੀ ਆ, ਚਾਹੇ 2 ਦਿਨ ਦੀ ਪਰੇਸ਼ਾਨੀ ਹੈ, ਪਰ ਅਸੀਂ ਇਸ ਪਰੇਸ਼ਾਨੀ ਨੂੰ ਜ਼ਰੂਰ ਠੱਲ ਪਾ ਲਾਂਗੇ, ਅਸੀਂ ਜ਼ਰੂਰ ਕੁਛ ਨਾ ਕੁਛ ਕੱਲ੍ਹ ਦੀ ਮੀਟਿੰਗ ਦੇ ਵਿੱਚ ਲੈ ਕੇ ਆਵਾਂਗੇ। ਬਿਲਕੁਲ, ਡਾਕਟਰ ਨੇ ਦੱਸ ਰਹੇ ਹੈ ਕਿ ਸਾਨੂੰ ਸਾਥ ਮਿਲ ਰਿਹਾ, ਡਿਮਾਂਡ ਸਾਡੀ ਹੈ ਉਹ ਜੈਨੂਨ। ਇਸ ਪਾਸੇ ਵੀ ਦੇਖੋ, ਇਸ ਪਾਸੇ ਵੀ ਜਿਹੜੇ ਓਪੀਡੀ ਤੋਂ ਪਹਿਲਾਂ ਜਿਹੜੀਆਂ ਪਰਚੀਆਂ ਕੱਟਦੇ ਨੇ ਉਹ ਪਰਚੀਆਂ ਕੱਟਣ ਦੇ ਲਈ ਜਿੰਨੇ ਵੀ ਮਰੀਜ਼ ਆਏ ਨੇ ਬੜੀ ਸ਼ਾਂਤੀ ਦੇ ਨਾਲ ਬੈਠੇ ਨੇ, ਕਿਉਂਕਿ ਕਿਤੇ ਨਾ ਕਿਤੇ ਇਹ ਵੀ ਸਮਝ ਰਹੇ ਨੇ ਕਿ ਡਾਕਟਰਾਂ ਦੀਆਂ ਮੰਗਾਂ ਜਾਇਜ਼ ਹੋ ਸਕਦੀਆਂ ਨੇ, ਤਾਂ ਕਰਕੇ ਇਹ ਉਹ ਮਹਿਲਾਵਾਂ ਨੇ ਜਿਨ੍ਹਾਂ ਨੇ ਪਰਚੀ ਕਟਾਉਣੀ ਹੈ, ਪਰ ਕੁਝ ਲੋਕਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਦਵਾਈ ਲੈਣ ਦੇ ਲਈ ਇੱਥੇ ਪਹੁੰਚੇ ਨੇ, ਔਰ ਦਿੱਕਤਾਂ ਕੀ ਆ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਹਾਂ। ਬਾਈ, ਕਿਹੜੀ ਜਗ੍ਹਾ ਤੋਂ ਆਏ ਹੋ, ਕਿਹੜੀ ਦਵਾਈ ਲੈਣੀ? ਡਾਕਟਰ ਮਿਲਿਆ, ਕੀ ਕਹਿੰਦੇ ਡਾਕਟਰ? ਅਸੀਂ ਅੱਖਾਂ ਦੀ ਲੈਣੀ ਹੈ ਜੀ। ਅੱਛਾ, ਹਾਂ। ਕਿਹੜੇ ਪਿੰਡ ਤੋਂ ਆਏ ਹੋ, ਦਿੱਕਤ ਕਿੰਨੀ ਆਉਂਦੀ ਹੈ, ਡਾਕਟਰ ਨਹੀਂ ਮਿਲੇ ਕਿਤੋਂ? ਬਠਿੰਡੋਂ ਹੀ ਆਏ ਹਾਂ ਜੀ ਇੱਥੇ। ਅੱਛਾ, ਹਾਂਜੀ। ਪੈਂਜ ਦਵਾਈ ਲੈਣ ਆਏ ਹੋ, ਡਾਕਟਰ ਨਹੀਂ ਮਿਲੇ, ਕਿੰਨੀ ਦਿੱਕਤ ਆਉਂਦੀ ਹੈਗੀ? ਪਰੇਸ਼ਾਨੀ ਬਹੁਤ ਆਉਂਦੀ ਹੈ। ਡਾਕਟਰ ਹੀ ਨਹੀਂ ਮਿਲਦੇ ਗੇ, ਹੁਣ ਚੱਕ ਵਕਤ ਤੋਂ ਚੱਲ ਕੇ ਆਏ ਹਾਂ ਕਿੰਨੀ ਵੇਰ, ਅਤੇ ਹੁਣ ਇੱਥੇ ਆ ਕੇ ਕੀ ਪਤਾ ਵੀ ਅਲਤੀ ਕਿੰਨਾ ਚਿਰ ਪਰੇਸ਼ਾਨ ਹੋ ਗਏ ਅਸੀਂ। ਭੈਣ ਜੀ, ਮੁਸ਼ਕਿਲ ਕਿੰਨੀ ਹੁੰਦੀ ਹੈ, ਦਵਾਈ ਲੈਣ ਆਏ ਹੋ, ਡਾਕਟਰ ਨਹੀਂ ਮਿਲਦੇ, ਜਦੋਂ ਉਹ ਤਾਂ ਆਪ ਧਰਨਾ ਲਾਈ ਬੈਠੇ ਵਿਚਾਰੇ? ਬਹੁਤ ਮੁਸ਼ਕਿਲ ਹੁੰਦੀ ਹੈ ਸਰ, ਜਦੋਂ ਆਉਂਦੇ ਹਾਂ ਸਾਨੂੰ ਪਤਾ ਗਾ 3-3 ਵੱਜ ਜਾਂਦੇ ਨੇ, ਘਰੇ ਕੋਈ ਬੱਚੇ ਛੱਡ ਕੇ ਆਉਂਦਾ, ਕੋਈ ਕਿਵੇਂ ਕੋਈ ਕਿਵੇਂ, ਇੱਥੇ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਸਾਨੂੰ। ਦਵਾਈ ਕੀ ਲੈਣੀ ਸੀ, ਕਦੋਂ ਤੋਂ ਪਹੁੰਚੋ ਇੱਥੇ? ਅਸੀਂ 8 ਵਜੇ ਤੋਂ ਪਹੁੰਚੇ ਹੋਏ ਹਾਂ ਇੱਥੇ। ਇੱਧਰ ਵੀ ਗੱਲਬਾਤ ਕਰਦੇ ਹਾਂ, ਬਾਈ ਦੇ ਪੱਟੀਆਂ ਲੱਗੀਆਂ, ਬਾਈ ਡਾਕਟਰ ਨਹੀਂ ਮਿਲ ਰਹੇ, ਦਵਾਈ ਨਹੀਂ ਮਿਲਦੀ, ਔਖਾ ਕਿੰਨਾ ਹੁੰਦਾ ਹੈਗਾ, ਔਖਾ ਕਿੰਨਾ ਹੁੰਦਾ ਪਤਾ ਕਿ ਡਾਕਟਰ ਨਾ ਮਿਲ? ਔਖਾ ਤਾਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕਿ ਦਿੱਕਤਾਂ ਕੀ ਨੇ, ਬਾਈ ਕੀ ਦਿੱਕਤਾਂ ਕਿੰਨੀਆਂ ਨੇ? ਡਾਕਟਰ ਕਹਿੰਦੇ ਆ ਕਿ ਸਾਡੀਆਂ ਮੰਗਾਂ ਜਾਇਜ਼ ਨੇ, ਲੋਕ ਨਾਲ ਵੀ ਉਹਨਾਂ ਦੇ ਬੈਠ ਗਏ, ਪਰ ਮਰੀਜ਼ ਔਖਾ ਕਿੰਨਾ? ਪੂਰੇ ਪਰੇਸ਼ਾਨ ਆ ਭਰਾਵਾ, ਤੜਕੇ ਦੇ ਭੁੱਖੇ ਦੇ ਬੈਠੇ, 8 ਵਜੇ ਤੋਂ ਪਹਿਲਾਂ ਦੇ ਆਏ ਹਾਂ, ਮੌੜ ਮੰਡੀ ਕੋਲੋਂ ਆਏ ਹਾਂ, ਧੂਹੀ ਦੇ ਮਰੀਜ਼ ਆ, ਨਾ ਥੱਲੇ ਬੈਠੀ ਦੇ। ਡਾਕਟਰ ਕਹਿੰਦੇ ਵੀ 11 ਵਜੇ ਦੇ ਤਾਂ ਭਾਈ ਹੜਤਾਲ ਆ, ਬੈਠੇ ਆ ਜਿੰਨੇ ਵੀ ਕਹਿੰਦੇ ਉਨੇ ਹੀ ਪਰੇਸ਼ਾਨ। ਕੀ ਲੱਗਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ? ਡਾਕਟਰ ਕਹਿੰਦੇ ਸਾਡੀਆਂ ਮੰਗਾਂ ਜਾਇਜ਼ ਨੇ, ਮਰੀਜ਼ ਨਾਲ ਉਹਨਾਂ ਦੇ ਧਰਨੇ 'ਤੇ ਬੈਠ ਗਏ। ਮੰਗਾਂ ਤਾਂ ਹੁਣ ਕਿਸੇ ਦੀਆਂ ਵੀ ਨਹੀਂ ਪੂਰੀਆਂ ਹੁੰਦੀਆਂ, ਮੰਨ ਲਓ ਵੀ ਕਿਸੇ ਦੀ ਲਾ ਲਓ, ਕਿਸੇ ਮਹਿਕਮੇ 'ਤੇ ਲੈ ਲਓ, ਕੋਈ ਸਟਾਫ ਨਹੀਂ ਪੂਰਾ, ਤਾਂ ਇਹ ਇਹਨਾਂ ਦਾ ਸਟਾਫ ਨਹੀਂ ਪੂਰਾ, ਇਹ ਵੀ ਕੀ ਕਰਨਾ? ਡਿਊਟੀ 4 ਘੰਟੇ 8 ਘੰਟੇ ਜਦੋਂ ਪਰਚੀ ਕੱਟੀ ਗਈ, ਇਹਨਾਂ ਦਾ ਦੇਖਣਾ ਹੀ ਹੈ ਬਈ ਔਖਾ ਕਿੰਨਾ ਹੈ। ਜਿਹੜੇ ਪਿੰਡਾਂ 'ਚ ਖਾਸ ਤੌਰ 'ਤੇ ਮਰੀਜ਼ ਆਉਂਦੇ ਨੇ ਅਤੇ ਡਾਕਟਰ ਨਹੀਂ ਮਿਲਦੇ, ਇੰਤਜ਼ਾਰ ਕਿੰਨਾ ਕਰਨਾ? ਬਹੁਤ ਬਹੁਤ ਜ਼ਿਆਦਾ ਬਈ, ਔਖਾ ਬਹੁਤ ਜ਼ਿਆਦਾ। ਅਸੀਂ 7:15 ਵਜੇ ਆਏ ਹਾਂ, ਪਿੰਡ ਮੇਰਾ ਸੰਗਤਪੁਰ ਹੈ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾਪੁਰ।
ਹਾਂਜੀ ਮੈਨੂੰ ਘੱਟ ਤੋਂ ਘੱਟ 75 ਕਿਲੋਮੀਟਰ ਵਾੜ ਪੈ ਜਾਂਦੀ ਤੇ ਜਦੋਂ ਇੱਥੇ ਆਏ ਉਹ ਕਹਿੰਦੇ ਵੀ 11 ਵਜੇ ਤੋਂ ਬਾਅਦ ਪਰਚੀ ਕੱਟੀ ਤਾਂ ਕੱਲ੍ਹ ਦੀ ਵੀ ਨਹੀਂ ਕੱਲ੍ਹ ਨੂੰ ਫਿਰ ਸਟ੍ਰਾਈਕ 'ਤੇ ਨਹੀਂ ਉਸ ਤੋਂ ਬਾਅਦ ਫਿਰ ਕੰਟੀਨਿਊ ਸਟ੍ਰਾਈਕ 'ਤੇ ਨਹੀਂ ਇਹ ਹੁਣ ਪਤਾ ਹੀ ਨਹੀਂ ਕੋਈ ਜੀ ਕਿੰਨੇ ਦਿਨ ਸਟ੍ਰਾਈਕ 'ਤੇ ਰਹਿਣਗੇ ਬਸ ਹੁਣ ਕੀ ਲੱਗਦਾ 11 ਵਜੇ ਤੋਂ ਬਾਅਦ ਵਾਰੀ ਆਜੂਗੀ ਜਿਵੇਂ ਮਰੀਜ਼ ਬਹੁਤ ਜ਼ਿਆਦਾ ਲੱਗ ਰਹੇ ਮੈਨੂੰ ਕੋਈ ਹਲੇ ਪਤਾ ਨਹੀਂ ਮੁਸ਼ਕਲ ਹੈ ਜੀ ਕਿਉਂਕਿ ਆਹ ਦੇਖੋ ਕਿਹੜੀਆਂ ਲੰਮੀਆਂ ਲੈਣਾ ਲੱਗੀਆਂ ਜੀ ਕੀ ਕਰਨਗੇ ਬਾਪੂ ਕਿੱਥੋਂ ਆਏ ਦਵਾਈ ਕੀ ਲੈਣੀ ਹੈ ਅਤੇ ਡਾਕਟਰ ਕੀ ਕਹਿੰਦੇ ਹੈਗੇ ਪਿਸ਼ਾਬ ਦੀ ਰੁਕਾਵਟ ਹੈ ਜੀ ਅੱਛਾ ਬਹੁਤ ਜ਼ਿਆਦਾ 10-10 ਵਾਰੀ ਜਾਣਾ ਪੈਂਦਾ ਰਾਤ ਨੂੰ ਦਰਦ ਹੋਈ ਜਾਂਦਾ ਔਖਾ ਕਿੰਨਾ ਜੇ ਹਾਲਾਤ 'ਚ ਜਦੋਂ ਮਰੀਜ਼ ਰਿਲੀਫ ਵਾਸਤੇ ਚੱਲ ਕੇ ਆਉਂਦਾ ਅਤੇ ਪਰੇਸ਼ਾਨੀ ਹੋਰ ਵੱਧ ਜੇ ਮਰੀਜ਼ ਦੀ ਪਰੇਸ਼ਾਨੀ ਹੋ ਗਈ